ਵੇਖੋ ਕਿੰਨੀ ਸੋਹਣੀ ਹੈ ਉਹ ਵਾਲੀ ਪ੍ਰਾਈਵੇਟ ਹੋਣੀ ਮੇਰੇ ਹਿਸਾਬ ਨਾਲ ਤੇ ਹਨਾ ਪ੍ਰਾਈਵੇਟ ਹੋਣੀ ਬਹੁਤ ਸੋਹਣੀ ਪਤਾ ਨਹੀਂ ਪਾਜੀ ਇਹਦੇ ਕੁਝ ਨਹੀਂ ਬੇਟਾ ਇੱਥੇ ਤੁਸੀਂ ਲਗਜ਼ਰੀ ਲਗਜ਼ਰੀ ਨੇ ਨਹੀਂ ਇੱਥੇ ਕੋਈ ਲੰਘ ਚੁੱਕੀਆਂ ਨੇ ਅੱਛਾ ਸਾਰਾ ਦਿਨ ਐਵੇਂ ਹੁੰਦਾ ਹੁੰਦਾ ਗੁੱਡ ਮਾਰਨਿੰਗ ਕਰੋ ਗੁੱਡ ਮਾਰਨਿੰਗ ਫਰੈਂਡਸ ਕਿਵੇਂ ਸਾਰੇ ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਆ ਦੁਬਈ ਦੇ ਵਿੱਚ ਤੇ ਅੱਜ ਸਾਡਾ 3rd ਡੇ ਇਨ ਦੁਬਈ ਤੇ ਅਸੀਂ ਉੱਠ ਚੁੱਕੇ ਹਾਂ ਸਵੇਰ ਦੇ ਵੱਜ ਗਏ ਨੇ 7 ਫਰੈਂਡਸ ਸਾਡਾ ਹੁਣ ਦਾ ਪਲਾਨ ਹੈ ਅਸੀਂ ਜਾਵਾਂਗੇ ਜਿਮ ਉੱਥੇ ਥੋੜੀ ਦੇਰ ਐਕਸਰਸਾਈਜ਼ ਕਰਾਂਗੇ ਤੇ ਫਿਰ ਅਸੀਂ ਕਰਾਂਗੇ ਬ੍ਰੇਕਫਾਸਟ ਲਿਫਟ ਦੀ ਕਲਾਕਾਰੀ ਇੱਥੇ ਸਿਕਿਉਰਿਟੀ ਬੜੀ ਹੈ ਇਸ ਹੋਟਲ 'ਚ ਲਿਫਟ ਦਾ ਕੀ ਸਿਸਟਮ ਜਿੰਨਾ ਚਿਰ ਤੁਸੀਂ ਆਪਣੇ ਰੂਮ ਦਾ ਕਾਰਡ ਇਹਨੂੰ ਟੱਚ ਨਹੀਂ ਕਰੋਗੇ ਇੱਥੇ ਤੇ ਉਹਨਾਂ 'ਚ ਕਾ ਲਿਫਟ ਕੰਮ ਨਹੀਂ ਕਰੇਗੀ ਵੀ ਕਹਿਣ ਦਾ ਮਤਲਬ ਕੋਈ ਆਊਟਸਾਈਡਰ ਇੱਥੇ ਐਂਟਰੀ ਕਰ ਨਹੀਂ ਸਕਦਾ ਸਿਕਿਉਰਿਟੀ ਇੰਨੀ ਵਧੀਆ ਸਿਸਟਮ ਹੈ ਚਲੋ ਦੁਬਈ ਦੁਬਈ ਅਲ ਹਬੀਬੀ ਵੈਲਕਮ ਟੂ ਦੁਬਈ ਵਾਟ ਹੈਪਨ ਇੱਕ ਤਾਂ ਠੀਕ ਕਰ ਗਈ ਅੱਛਾ ਅੱਛਾ ਦੈਟਸ ਵਾਈ ਚਲੋ ਹੁਣ ਸਭ ਤੋਂ ਪਹਿਲਾਂ ਜਿਮ ਐਂਟਰ ਕਰੀਏ ਸਪਾ ਕਰਾ ਸਪਾ ਲਓ ਬਈ ਕੀ ਸੀਨ ਨੇ ਟ੍ਰੇਡ ਨੇਮ ਸਿਸਟਮ ਹੈ ਸਪਾ ਇੱਧਰ ਕਿ ਮੈਨੀਕਿਉਰ ਪੈਡੀਕਿਉਰ ਸਾਰਾ ਸਿਸਟਮ ਹੈ ਯਾਰ ਕਰਵਾਓ ਪੇਡ ਹੈ ਉਹ ਫ੍ਰੀ ਨਹੀਂ ਹੈ ਉਹ ਮਾਮੇ ਨਹੀਂ ਤੁਹਾਡੇ ਲੱਗੇ ਵੀ ਤੁਹਾਨੂੰ ਫ੍ਰੀ ਸਰਵਿਸ ਦੇਣਗੇ ਚਲੋ ਸ਼ਾਬਾਸ਼ ਹੁਣ ਮਾਰੋ 15-20 ਮਿੰਟ ਜਿਮ ਐਕਸਰਸਾਈਜ਼ ਕਰਨੀ ਹੈ ਦੱਬ ਕੇ ਫਤਿਹ ਖਲੋ ਗਿਆ ਤੂੰ ਆਰਾਮ ਨਾਲ ਕੱਲ ਨੇ ਡਿੱਗ ਕੇ ਗੋਡਾ ਚਲਵਾ ਲਿਆ ਫਤਿਹ ਨੇ ਟ੍ਰੈਡਮਿਲ ਤੋਂ ਪਰਲੀ ਪਰਲੀ ਟ੍ਰੈਡਮਿਲ ਤੇ ਕਿੱਥੇ ਵੱਜਾ ਸੀ ਬਾਈ ਦੇ ਉੱਤੇ ਇਹਨੇ ਨਿੱਕਰ ਪਾਈ ਸੀ ਐਵੇਂ ਜਦੋਂ ਤਿਲਕਿਆ ਗੋਡਾ ਵੱਜਾ ਆਹ ਹਾਰਡ ਹੁੰਦਾ ਸਰ ਕੇ ਸਿਰ ਹੋਰ ਉਹ ਬੈਲਟ ਹਾਰਡ ਜੀ ਹੁੰਦੀ ਹੈ ਤੇ ਫਿਰ ਵੱਜਾ ਜ਼ੋਰ ਦੀ ਰਗੜ ਦਿੱਤਾ ਕਰੇਲਿਆਂ ਨੂੰ ਛਿੱਲ ਦਿੱਤਾ ਕਰੋ ਫਿਰ ਕਰਨਾ ਫਤਿਹ ਟ੍ਰੈਡਮਿਲ ਸਟਾਰਟ ਕਰਦੇ ਮੰਮਾ ਨੂੰ ਤੇਰੀ ਮੰਮਾ ਦੀ ਐਕਸਰਸਾਈਜ਼ ਹੋਈ ਗਈ ਭਜਾਨੇ ਦੜਾਨੇ ਆ ਸਮਾਨ ਤੇ ਸਾਰਾ ਜਿਮ ਦੇ ਵਿੱਚ ਐਵਰੀਥਿੰਗ ਮਸ਼ੀਨਾਂ 4-5 ਹੈਗੀਆਂ ਨੇ ਆ ਬਾਈ ਰੋਜ਼ ਕਰਦਾ ਇੱਥੇ ਐਕਸਰਸਾਈਜ਼ ਬਸ ਮਨਿੰਦਰ ਨੇ ਤੇਰੇ ਗੋਡੇ ਖੱਡੇ ਤਲਵਾ ਛੱਡਣੇ ਨੇ ਲੋ ਬਈ ਹੁਣ ਅੱਧਾ ਘੰਟਾ ਨਹੀਂ ਉਤਰਨ ਦੇਣਾ ਤੈਨੂੰ ਹੁਣ ਫੁੱਲ ਸਪੀਡ ਕਰ ਦੇਣੀ ਮੈਂ 80 ਦੇ ਪੂਰੀਆਂ ਨੇਰੀਆਂ ਲਿਆ ਦੇਣੀਆਂ ਨੇ ਤੇਜ਼ ਕਰੋ ਨਾ ਥੋੜ੍ਹੀ ਜਿਹੀ ਹੋਰ ਸਪੀਡ ਵਧਾ ਲੈ ਉਹ ਕਰੋ ਨਾ ਤੋੜੀ ਤੇ ਦਿਆ ਜੇ ਇਹਨਾਂ ਨੂੰ ਮਸ਼ੀਨਾਂ ਨੇ ਵੀ ਕਹਿਣਾ ਵੀ ਅੱਜ ਕਿੱਥੋਂ ਆ ਗਏ ਨੇ ਐਡੇ ਤਕੜੇ ਸ਼ਿਕਾਰੀ ਜਿਹੜੇ ਇੰਨਾ ਸ਼ੌਂਕ ਹੈ ਜਿਹਨਾਂ ਨੂੰ ਜਿਮ ਦਾ ਫਤਿਹ ਹੁਣ ਫਤਿਹ ਹੁਣ ਮੂੰਹ ਨਾ ਆਪਣੀ ਆਹ ਬਦ ਮਜ਼ੇਦਾਰ ਬੋਲਿਆ ਨਾ ਫਤਿਹ ਅੱਧਾ ਘੰਟਾ ਬੰਦਾ ਲਾ ਲੇ ਤੇ ਫਿੱਟ ਐਨ ਘਰ 'ਚ ਐਡਾ ਕੋਈ ਐਡੇ ਕੋਈ ਰੱਖਣਾ ਚਾਹੀਦਾ ਸਿਸਟਮ ਇੰਨਾ ਕੁ ਜਿਮ ਦਾ ਵੈਰੀ ਗੁੱਡ ਸੀ ਸ਼ਾਬਾਸ਼ 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 ਬਾਈ ਆਇਆ ਵੀ ਤਗੜਾ ਜਵਾਨ ਮੁੰਡਾ ਮਾਰੇਗਾ ਜਿਮ ਚੰਗੀ ਫਤਿਹ ਨੋ ਫਤਿਹ ਪੰਗੇ ਪੇਟ ਨਾਲ ਕੋਈ ਪੰਗਨ ਲੈਣਾ ਰਹਿਣ ਦੇ 5 ਪੁਆਇੰਟ ਤੇਰੇ ਕੋਲ ਰਾੜ ਨਹੀਂ ਚੁੱਕੀਣੀ 5.5 ਤੇ ਤਾਂ ਚੁੱਕੇਗਾ ਰਾੜ ਨਹੀਂ ਚੁੱਕੀਣੀ ਰਾੜ ਬੜੀ ਭਾਰੀ ਬੇਟਾ ਫਤਿਹ ਸੀਰੇ ਦੇ ਡੋਲੇ ਬਣਾਉਣ ਲੱਗੀ ਮਰਜੇ ਫਤਿਹ ਨਾ ਵੇਟ 6 ਕਿਲੋ ਵੱਡਿਆਂ ਵੱਡਿਆਂ ਦੇ ਬਸ ਦੀ ਗੱਲ ਨਹੀਂ ਹੁੰਦੀ ਤੇਰੀ ਥੋੜੇ ਤਗੜਾ ਬਾਈ ਵੇਟ ਤੇ ਥੋੜਾ ਹੋਰ ਵੱਡਾ ਹੋ ਜਾ ਫਿਰ ਤੈਨੂੰ ਜਿਮ ਸਾਰਾ ਮਟੀਰੀਅਲ ਲੈ ਕੇ ਐਵੇਂ ਗਲਤ ਮਾਰਨਾ ਮੈਂ ਬੇਟਾ ਐਵੇਂ ਨਹੀਂ ਮਾਰੀ ਦੇ ਹੁੰਦੇ ਡੰਬਲ ਰੱਖ ਕੇ ਉੱਥੇ ਚੱਲ ਮੇਰੇ ਬੱਚੀ ਸੀਰਤ ਨੇ ਹੋਰ 4 ਕਿਲੋ ਵਾਲੇ ਚੁੱਕ ਲੈਣੇ ਹੁਣ ਚੱਲ ਚੱਲ ਮਾਮਾ ਜੀ ਤੁਰ ਗਏ ਨੇ ਬੱਚੀ ਵੈਰੀ ਗੁੱਡ ਗੁੱਡ ਮੈਨਰਸ ਫਤਿਹ ਸਕੀਮੀ ਹੈ ਪੂਰਾ ਵੀ ਐਨ ਕਹਿਣ ਵੀ ਖਲਾਰਾ ਪਾ ਕੇ ਨੇ ਵੈਰੀ ਗੁੱਡ ਚੱਲ ਸਪਾਸ ਪੂ ਫਿਰ ਵੇਖਾਂ ਚਲੋ ਪਹਿਲਾਂ ਰੋਟੀ ਖਾਈਏ ਬ੍ਰੇਕਫਾਸਟ ਛਕੀਏ ਆਪਣਾ ਉਹ ਤੋਂ ਬਾਅਦ ਲੈ ਕਾਰਡ ਲੈ ਪਹਿਲਾਂ ਓਏ ਗਾਇਸ ਨਾ ਇਟਸ ਬ੍ਰੇਕਫਾਸਟ ਟਾਈਮ ਅੱਜ ਵਿਖਾਵਾਂਗੇ ਤੁਹਾਨੂੰ ਸਾਡੇ ਹੋਟਲ ਦਾ ਬ੍ਰੇਕਫਾਸਟ ਸਭ ਤੋਂ ਪਹਿਲਾਂ ਸੈਕਸ਼ਨ ਇੱਥੇ ਟੀ ਕੌਫੀ ਜਿਵੇਂ ਦੀ ਚਾਹ ਪੀਣੀ ਤੁਸੀਂ ਲਾਚੀਆਂ ਅਤੇ ਕੀ ਹੁੰਦਾ ਮਿੰਟ ਲੀਵਸ ਨੇ ਓਕੇ ਠੀਕ ਹੈ ਅਤੇ ਲੌਂਗ ਹੋ ਗਏ ਔਰੇਂਜ ਸਲਾਈਸ ਨੇ ਪਤਾ ਨਹੀਂ ਹੋਰ ਕੀ ਕੀ ਚੀਜ਼ਾਂ ਨੇ ਚਾਹ ਜਿਵੇਂ ਜਿਵੇਂ ਦੀ ਲੋਕ ਪੀਂਦੇ ਹੋਣੇ ਆਪਾਂ ਤਾਂ ਇੰਡੀਆ ਵਾਲੇ ਤੁਹਾਨੂੰ ਪਤਾ ਹੀ ਹੈ ਸਿੱਧੀ ਪੱਤੀ ਅਤੇ ਖੰਡ ਸੱਟੀ ਦੁੱਧ ਸੱਟਿਆ ਚਾਹ ਵੇਖੋ ਆਹ ਟੋਕਰੀਆਂ ਰੇੜੀਆਂ ਭਰੀਆਂ ਨੇ ਫਰੂਟ ਦੀਆਂ ਆਹ ਜਿਹੜਾ ਫਰੂਟ ਹੈ ਪਤਾ ਨਹੀਂ ਕੁਛ ਹੋਰ ਹੈ ਲਾਈਕ ਲੱਗਦਾ ਐਵੇਂ ਸੰਤਰਾ ਆ ਉਹਦੇ ਵਰਗਾ ਪਰ ਬਾਹਲਾ ਜ਼ਬਰਦਸਤ ਹੈ ਅਤੇ ਬਨਾਨਾ ਅਤੇ ਐਪਲ ਗ੍ਰੀਨ ਵੀ ਐਪਲ ਨੇ
तो दूजे भी ने बनानास भी ने बहुत टेस्टी फ्रूट बड़ा वधिया। तो सब तो पहला सैलड तो गोरे घर तुम पता सैलड ही खाने ज़्यादा एक साढ़े गोरियां यह भी सैलड खिंचन गए पूरा भाई नहीं ठीक है वधिया भाई सैलड सब तो वधिया। पहला जूस पियो बस आप पियेंगे कोकटेल जूस अज जूस अलग कल अलग अलग जूस सन अज डिफरेंट ने कोकटेल जूस है एप्पल जूस है ये ओरेंज जूस भी है बोटल्स पाइनएप्पल जूस भी है तो मैंगो जूस भी होंगे इन्होंने जूसिस वाला कोर्नर हो गया सैलड हो गया देखो एक वरायटी है एक तो एक वैजीटेबल सैलड दूजा पता नहीं बिच मूसली है स्ट्रॉबेरी योगर्ट है मैंगो योगर्ट है ककुंबर योगर्ट है प्लेन योगर्ट है फ्रूट सारे ही ने इत असोटिड ड्रैसिंग उत्ते लाने वास्ते जीजा सब्जियां देखो इतने कि सोहनिया बैंगन दूजी पत्ता गोभियां ने मिर्च कि सोहनी है शिमला मिर्चा ने। नैक्सट इतने हम फ्राइड एग्स ग्रिल टमैटोज हनी मैपल सीरप कोकोनट पाउडर शुगर ये वो पता नहीं कि वरायटियां ने चॉकलेट द सॉस है हनी हो गया पैनकेक्स ने एंड इतने आप ऑर्डर दे के कुछ भी जो अपनी मर्जी के अंदरों असी ऑर्डर करवा सकते हैं बाकी अलग अलग बॉयल्ड पोटैटोस एग्स ने बाकी चाइनीज कॉर्नर अलग अलग चीज़ा ने सारिया बी सॉर्टेड वैजीटेबल स्क्रैम्बल इंडियन कॉर्नर आवे ये चपाती दाल मखनी रोटियां एवं दी मिलदियां ने इतने इंडिया वर्गी रोटी नहीं हैगी होरी तरह की है उपमा है ये कभी खाधा नहीं आप बी रोस्टेड पीनट चटनी इधर ये अपना इनफ्यूज वाटर ये वो तो कॉफी एसप्रैसो तो लाते जी मर्जी पीनी ऑर्डर दे सकते हैं तो चाची हरी भी छकन लिया लंगर इधर चिकन की है मोटर ले लो पता की चीज़ है जी अपना लगे हुए ने अपने ध्यान ने अपना टोस्ट बना रहे हैं वे वेख के चीज़ ओनी लई वेस्ट ना करी ठीक है ना। हाँ एक तो एक आइटम है ड्राई केक ने बोगती पता नहीं चल तेरे मतलब हाँ चीज़ आ ले ला चीज़ वगैरह ले ला चैडर चीज़ है मेंटल चीज़ है फैटा चीज़ है अलग अलग वरायटियां ने सारियाँ तो आ चीज़ आ बड़ा कहते खट्टा जहा होंगे पता टेस्ट करके देखा अरेबिक ब्रैड रोटी हुई लाइक इन्हों की अरेबिक जरा बेकरी कॉर्नर है इन्हों के बंस ने मफिन आ केक फ्रूट केक इन्हों का सिरा कोई रीस ही नहीं इस केक की। हाँ जी की चाहिए आए किड्स कॉर्नर किड्स कॉर्नर के बच्चे जो खाते हो पता नहीं की रब जाने 36 वरायटियां ने लो फैट मिल्क है फुल फैट मिल्क है मिल्क भी सारी तरह की इतने कॉर्नफ्लेक्स हो गए कोको पॉप्स ने ग्रानोला है पता नहीं की वरायटियां ने अज इन कहना मैं भी खा खा के भी है की वरायटियां ने तो सब तो वधिया गल इन्हां दी कैरमल सॉस मैपल सिरप है स्ट्रॉबेरी जैम जैम इन्होंने बनाए ने दूजे जैम नहीं है रेडीमेड अपने इन्होंने बनाए ने मिक्स फ्रूट बड़े टेस्टी मैं कल चैक किए थे शानदार ब्रेकफास्ट अल्टीमेट है कोई रीस ही नहीं ब्रेकफास्ट की मैडम भी ला लो पहले खावे फ्रूट बोटल लिया कोई शुरू बोटल चक लिया जूस वाली पूरी बोटल लिया खा लिया फ्रूट पता तो अपने बनी कि सैंडविच की भर लिया है ये उ नहीं गर्म होना बेटा फिर हो जाएगा दूजा नहीं ना सिस्टम कि पाइनएप्पल लिया कि लिया बोटल थोड़ा जा हाँ जी की लिया मैडम जी वो थोड़ी मेरे लिए वेखो ओ माय गॉड ड्रेसिंग कितनी जबरदस्त की थी है उत्ते या क्या बात है भाई क्या प्यार से बनाया खावांगे सारे रल मिल के चलो पहली बाइट खवाने
फतेह खुश हो गया जी यार, दाल मखनी बहुत टेस्टी, मैं बत्ते ने बाइट दी है, अल्टीमेट दाल मखनी है भाई, फीलिंग आ जाएगी खा के। फूड की क्वालिटी तो मैं क्या सी रही है, भावे इंडिया ने साउथ इंडियन या अपना पंजाबी खाना कुछ भी है, पंजाबी तो चलो की दाल दूड़ी तो दूजे जे फूड ने सी रही ने बस सारा कुछ। बंदे ना पुत्र बन जा तू। फ्रेंड्स आए साढ़े होटल का बार वाला एरिया, साडा मतलब जो होटल है ना सी व्यू होटल है, तो आ जी सारी शिप्स इतने खड़ियां ने आ ना वर्क रिलेटेड ने, दूसरी दो क्रूज काइंड ऑफ नहीं है, आ सारी काम वाली शिप्स ने, एरिया ही काम वाला है सारा, कोरियर रखे हुए ने पैक कर करके। हाँ हाँ सारे पार्सल्स वगैरह ना वो फिर डिलीवर करते हैं दूसरी। क्या की करना पे फतेह देंगे देंगे जा तू सुन निकू फतेह तंग रूम अपना कर गए ने, ओके रिपोर्ट क्लीन सारा रूम साडा सोहना है बड़ा घैंट है, बाथटब भी है सारा कुछ है, अंदर ही सारा सिस्टम है, जिथे अपा बटन प्रेस करांगे क्लीन अप दा ते ओ अपने आप ओना कोल पहुंचेगा अलर्ट ते आ जाएगा। मैं ना सोच रही हां कि मैं ना जदों सी ब्रेकफास्ट करन गए थे ना, सी पहला बटन ऑन कीता सी, फिर मैं बंद भी कर बस ओना कोल फिर नोटिफिकेशन पहुंच गई ना ओना कोल, हां अलमारी अलमूरी वाला सिस्टम है ते अपना टच टच संभालनी है, हुन चार चार ओखा हो जाना काम, बाकी रूम साडा वड्डा बेड है नाल एक सोफा कम बेड, इहदा असीं सोफा भी बना सकने आ, सोफा बन जांदा ते बेड बनाना बेड, असीं एक ही रूम लिया सी चार जने इकट्ठे हुंदे दो रूम मिलदे हन, फिर दैट्स वाई फिर आपां फिर असीं सीरत ने फिर होटल सजेस्ट कीता, पापा भी दे रिव्यू बड़े वधिया ने, होटल बड़ा वधिया है ਉਹਦੇ ਉਹਦੇ ਚ ਰੂਮ ਉਹਦੇ ਚ ਮਿਲਦੇ ਹਨ, ਅਪਾਰਟਮੈਂਟ ਸਿਸਟਮ ਸੀ, ਰੂਮ ਵੀ ਦੋ ਮਿਲ, ਦੋ ਰੂਮ ਚ ਫਿਰ ਮਜ਼ਾ ਨਹੀਂ ਆਉਂਦਾ ਯਾਰ, ਫੀਲਿੰਗ ਨਹੀਂ ਆਉਂਦੀ, ਆਪਾਂ ਤੇ ਇੱਕ ਰੂਮ ਦੇ ਵਿੱਚ ਹੀ ਖੁਸ਼ ਹੁੰਦੇ ਆ ਸਾਰੇ ਜਣੇ ਇਕੱਠੇ, ਸੋ ਬਹੁਤ ਸੋਹਣਾ ਸਾਡਾ ਸੀ ਵਿਊ ਵਾਲਾ ਰੂਮ ਹੈ, ਫਤਿਹ ਉਹਨੂੰ ਪੱਠਿਆ ਸਿਆਣਾ ਬਣ ਜਾ, ਤੇਰੇ ਟਵਰਕਿੰਗ ਟਵਰਕਿੰਗ ਐਵੇਂ ਦੀ ਕਰਵਾ, ਕਮਲਾ ਉਹ ਚੱਲਾ ਲੈ ਸਨਸਕ੍ਰੀਨ ਲਾ ਜਲਦੀ, ਕਿਵੇਂ ਕਿਵੇਂ ਵੈਸੇ ਤੁਸੀਂ ਵਧੀਆ ਕੀਤਾ ਇੱਥੇ ਲਿਆ, ਸਾਹਮਣੇ ਰੋਡ ਦੇਖਦਾ चलो जो चलिया कि पूल अपना पूल है, चल म्यूजियम फ्यूचर चला, फ्रेंड तुहानू दसांगे अभी की चीज फरारी वाला थी यार, ओदी 400 दराम एक जने की टिकट है, 400 मतलब 8 हाँ 10,000 एक जने की, नहीं 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 ज्यादा महंगा भाई, वेख सिंपली है हुण कोई भी ये चीजा 12-12, 15-15 हजार की, साढ़े चार जने की एक एक चीज पै रही है, लाइक जेड़ा साडा सी मिराकल गार्डन है वह 14,000 की ओरी टिकट है ਡੈਜ਼ਰਟ ਸਫਾਰੀ ਦੀ 12-15 ਹਜ਼ਾਰ ਦੀ ਉਹਦੀ ਹੈ, ਚਾਰ ਜਣਿਆਂ ਦੀ ਬੜੀ ਮਹਿੰਗੀਆਂ ਨੇ ਬਟ ਵਰਥ ਇਟ, ਆਪਾਂ ਆਪਣਾ ਪੈਕੇਜ ਆਪਣਾ ਖੁਦ ਕਸਟਮਾਈਜ਼ ਕੀਤਾ ਸੀ, ਟਿਕਟ ਖੁਦ ਕੀਤੀ, ਹੋਟਲ ਖੁਦ ਕੀਤਾ, ਠੀਕ ਹੈ ਨਹੀਂ ਤੇ ਅੱਛਾ ਤੁਹਾਡੇ ਵਾਸਤੇ ਰੱਖੇ ਬਾਈ, ਉਹ ਇਹ ਫਰੂਟ ਜਿਹੜੇ ਰੱਖੇ ਨਾ ਉਹਨਾਂ ਨੇ ਤੁਹਾਨੂੰ ਨਾਲ ਕੈਰੀ ਕਰਨ ਵਾਸਤੇ ਨੇ, ਉੱਥੇ ਮੇਰੀ ਗੱਲ ਸੁਣ, ਹੁਣ ਜਦੋਂ ਫਰੂਟ ਸੈਲਡ ਸੈਲਡ ਵੀ ਪਏ ਨੇ, ਫਰੂਟ ਸੈਲਡ ਵੀ ਪਿਆ ਹੈ, ਉਂਝ ਦੂਜੇ ਫਰੂਟ ਹੋਰ ਵੀ ਕੱਟ ਕੇ ਵੱਖਰੇ ਵੀ ਰੱਖੇ ਨੇ, ਉਹਨੇ ਉੱਥੇ ਖਾਣ ਵਾਸਤੇ ਇਹ ਰੱਖੇ, ਉਹਨਾਂ ਬਾਸਕਿਟ ਸਾਰੇ ਲੋਕ ਲਿਜਾ ਰਹੇ, ਫਿਰ ਅਸੀਂ ਵੀ ਇਸ ਕਰਕੇ ਕਿਹਾ ਵੀ ਇਹ ਇੱਕ ਜਣਾ ਆਪਣਾ ਚੀਜ਼ਾਂ ਲੈ ਕੇ ਜਾਈਏ, ਤੇ ਆਪਾਂ ਇਹ ਥੋੜਾ ਜਿਹਾ ਫਰੂਟ ਕੇਕ ਵੀ, ਫਰੂਟ ਕੇਕ ਇਹਨਾਂ ਦੀ ਆਪਣੀ ਬੇਕਰੀ, ਮੈਂ ਕਿਹਾ ਬੜਾ ਅਲਟੀਮੇਟ ਹੈ, ਸੋ ਔਰੇਂਜ ਨਹੀਂ ਹੈ ਕੁਛ ਹੋਰ ਫਰੂਟ ਹੈ ਔਰੇਂਜ ਟਾਈਪ ਦਾ ਪਰ ਸੀਰਾ ਹੈ, ਚਲੋ ਵੀ ਚਲੋ ਫਤਿਹ ਮੂੰਹ ਜਲਦੀ ਚਲੋ ਖੋਲ ਖੋਲ ਖੋਲ
Hi bro, what's up? How's you, bro? You good? Yeah, good. Can I get your number again? 709. Yeah. You have to write the name and signature. How many times you need? Three? Three, yeah. Okay. Big boy. Yeah, it's driving big boy. ਬਾਈ ਆਪਣਾ ਲਾਈਫ ਗਾਰਡ ਇੱਥੇ ਪੂਲ 'ਚ ਇਹਦੀ ਡਿਊਟੀ ਹੈ ਸਿਰਾ ਬੰਦਾ ਵੀ ਬੜਾ ਘੈਂਟ ਆ ਪੂਰੀ ਰੌਣਕ ਲਾ ਕੇ ਰੱਖਦਾ ਅਤੇ ਹਰ ਇੱਕ ਮਿੰਟ ਦੀ ਐਵਰੇਜ ਇੱਕ ਫਲਾਈਟ ਦੀ ਇੱਥੋਂ ਏਅਰਪੋਰਟ ਨੇੜੇ ਇੱਥੋਂ ਹਰ ਇੱਕ ਮਿੰਟ ਦੀ ਇੱਕ ਮਿੰਟ ਬਾਅਦ ਆਇਆ ਅਗਲਾ ਨੈਕਸਟ ਵਿਦ ਇਨ 1 ਮਿੰਟ ਜਾਂ 2 ਮਿੰਟ ਅਗਲਾ ਜਹਾਜ਼ ਆ ਜਾਏਗਾ ਫਤਿਹ ਦੇ ਛਾਲ ਮਾਰ ਗਿਆ ਬਾਈ ਬੜਾ ਰਾਤੀ ਦੇ ਪੂਲ ਦਾ ਸੀਨ ਤੁਹਾਨੂੰ ਰਾਤੀ ਵਿਖਾਵਾਂਗੇ ਇੱਦਾਂ ਦਾ ਬਾਕੀ ਤੁਸੀਂ ਸਾਡੀ ਸਾਰੀ ਸੀਰੀਜ਼ ਚੈੱਕ ਕਰੋ ਗੁਰਸੀਰਤ ਗੁਰਫਤਿਹ ਫੈਮ ਵਲੌਗ ਚੈਨਲ 'ਤੇ ਉੱਥੇ ਸਾਰੀ ਸਾਰੇ ਵਲੌਗ ਆਉਣਗੇ ਇੱਥੇ ਅਸੀਂ ਸੋਚਿਆ ਇੱਕ ਅੱਧਾ ਚਲੋ ਵੱਡੇ ਚੈਨਲ 'ਤੇ ਵੀ ਅਸੀਂ ਸ਼ੇਅਰ ਕਰਨੇ ਹਾਂ ਅਤੇ ਰਾਤ ਦਾ ਵਿਊ ਤਾਂ ਸਿਰਾ ਆ ਸਾਡਾ ਰੂਫ ਟੋਪ 'ਤੇ ਪੂਲ ਹੈ ਫਤਿਹ ਕਰ ਰਿਹਾ ਫਲੋਟ ਕਰ ਦੁਬਾਰਾ ਅਗੇਨ ਫਤਿਹ ਫਲੋਟ ਵਧੀਆ ਕਰਦਾ ਫਤਿਹ ਵੀ ਅਤੇ ਸੀਰਤ ਵੀ ਐਵੇਂ ਜਿਵੇਂ ਧੂਪ ਤੈਰਦੀ ਪਾਣੀ 'ਚੋਂ ਵੀ ਤੈਰ ਲੈਂਦੇ ਨੇ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਤਾਂ ਸਵਿਮਿੰਗ ਵੀ ਨਹੀਂ ਆਉਂਦੀ ਚਲੋ ਉੱਥੇ ਬੰਦਾ ਡੂਬ ਕੰਮ ਕੀ ਹੈ ਹਾਂ ਵਿਊ ਤੇ ਜ਼ਬਰਦਸਤ ਹੈ ਭਾਈ ਦੇਖੋ ਸਿਟੀ ਤੇ ਬੀਚ ਵਿਖਾਤਾ ਬੇਟਾ ਮੈਂ ਵਿਊ ਸਾਰਾ ਕਿੰਨਾ ਸੋਹਣਾ ਲੱਗ ਰਿਹਾ ਜ਼ਬਰਦਸਤ ਫੀਲਿੰਗ ਹੈ ਕਿਆ ਹੋਟਲ ਬੜਾ ਵਧੀਆ ਲੱਭਾ ਸੀਰਤ ਨੇ ਭਾਈ ਥੈਂਕ ਯੂ ਸੀਰਤ ਵਰਥ ਇਟ ਹੋਰ ਬੇਟੇ ਬੜਾ ਸੋਹਣਾ ਓਏ ਕਿਆ ਬਾਤ सीरत भी कूद गई है पानी में अब चिल करेंगे वो देखो हर एक मिनट बाद फ्लाइट कमाल है तो भाई एयरपोर्ट बड़ा तगड़ा एयरपोर्ट है भाई दुनिया के बिजीएस्ट एयरपोर्ट के बीच आता है हाय गाइस हाउ इज यू फीलिंग जस्ट लुकिंग लाइक अ वाओ क्या चल रहा है मैडम जी संतरा छिल रहा है संतरा इसका नाम ही नहीं और कुछ चलो खाने हैं फ्रूट मजा आएगा हाँ भी तुम खा लगे नमकीन स्विमिंग कर कर के थक गया तो भूख लगी होना बड़ी स्विमिंग रंग भी काले पीले हो गए ना साढ़े चलो कोई नहीं खा पी लो तो थोड़ी देर कर लो रेस्ट बेटा ठीक है व्लॉग का करो एंड का मिलते हैं फिर ਉਮੀਦ ਕਰਦੇ ਹਾਂ ਵਲੌਗ ਅੱਛਾ ਲੱਗਿਆ ਹੋਵੇਗਾ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਵਿੱਚ ਰਿਵਿਊ ਦਿਓ ਤੁਹਾਨੂੰ ਸਾਡਾ ਹੋਟਲ ਕਿਵੇਂ ਦਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਮੈਂ ਨੈਕਸਟ ਵਲੌਗ ਤੱਕ ਬਾਏ